ਸਾਡਾ ਪੰਜਾਬੀ ਵਿਰਸਾ ਚੈਨਲ ਨਾਲ ਜੁੜੇ ਸਾਰੇ ਦਰਸ਼ਕਾਂ ਨੂੰ ਆਦਾਬ ਨਮਸਕਾਰ ਸਤਿ ਸ੍ਰੀ ਅਕਾਲ ਦੋਸਤੋ ਦੋਸਤੋ ਪੰਜਾਬ ਪੰਜਾਬੀ ਬੋਲੀ ਅਤੇ ਪੰਜਾਬੀਅਤ ਨੂੰ ਆਉਣ ਵਾਲੀਆਂ ਪੰਜਾਬੀ ਦੀਆਂ ਨਵੀਆਂ ਪੀੜ੍ਹੀਆਂ ਲਈ ਜਿਉਂਦਾ ਰੱਖਣ ਲਈ ਇਹਨਾਂ ਵੀਡੀਓ ਰਾਹੀਂ ਅਸੀਂ ਇਸ ਚੈਨਲ ਦੇ ਦਾ ਇੱਕ ਛੋਟਾ ਜਿਹਾ ਉਪਰਾਲਾ ਹੈ ਦੋਸਤੋ ਅਸੀਂ ਜਿਵੇਂ ਕਿ ਪਿਛਲੀ ਵੀਡੀਓ 'ਚ ਦੱਸਿਆ ਸੀ ਕਿ ਅਮਰ ਸਿੰਘ ਚਮਕੀਲਾ ਨੂੰ ਛੱਤਾ ਭੰਨਣਾ ਗਾਇਕ ਕਿਉਂ ਕਹਿੰਦੇ ਹਨ ਇਸ ਤਰ੍ਹਾਂ ਦੋਸਤੋ ਇੱਕ ਹੋਰ ਵੀਡੀਓ ਲੈ ਕੇ ਤੁਹਾਡੇ ਰੂਬਰੂ ਹੋਇਆ ਆਖਿਰ ਤੱਕ ਜ਼ਰੂਰ ਦੇਖਣਾ ਚਮਕੀਲੇ ਦੀਆਂ ਸੰਗੀਤ ਜਗਤ ਵਿੱਚ ਕੀਤੀਆਂ ਉਪਲਬਧੀਆਂ ਬਾਰੇ ਦੱਸਾਂਗੇ ਜੋ ਕਿ ਆਪਣੇ ਆਪ ਵਿੱਚ ਇੱਕ ਰਿਕਾਰਡ ਬਣ ਕੇ ਰਹਿ ਗਈਆਂ ਜੋ ਕਿ ਸ਼ਾਇਦ ਭਵਿੱਖ ਵਿੱਚ ਕਿਸੇ ਤੋਂ ਨਾ ਟੁੱਟਣ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕਿ ਉਸ ਟਾਈਮ ਵਿੱਚ ਹਰ ਕਲਾਕਾਰ ਦਾ ਆਮ ਮਹਿਤਾਨਾ 1500 ਤੋਂ 2000 2000 ਤੋਂ 2500 ਤੱਕ ਵੱਡੇ ਤੋਂ ਵੱਡਾ ਕਲਾਕਾਰ 2500 ਤੱਕ ਮਹਿਨਤਾਨਾ ਲੈਂਦਾ ਸੀ ਪਰ ਚਮਕੀਲਾ ਇੱਕ ਐਸਾ ਕਲਾਕਾਰ ਸੀ ਜਿਸ ਦੇ ਵਿੱਚ ਰਿਕਾਰਡ ਵੀ ਨੇ ਤੇ ਕੁਝ ਬੰਦਿਆਂ ਤੋਂ ਵੀ ਪਤਾ ਲੱਗਦਾ ਹੈ ਕਿ ਚਮਕੀਲਾ 3500 ਤੋਂ 5000 ਤੱਕ ਵੀ ਪ੍ਰੋਗਰਾਮ ਬੁੱਕ ਕਰਦਾ ਹੁੰਦਾ ਸੀ ਦੋਸਤੋ ਉਸ ਸਮੇਂ ਦੀ ਵਿੱਚ 5000 ਇੱਕ ਲੱਖ ਦੇ ਬਰਾਬਰ ਹੁੰਦਾ ਸੀ ਤੇ ਇੱਥੇ ਇੱਕ ਦੱਸਣਯੋਗ ਗੱਲ ਇਹ ਹੈ ਕਿ ਚਮਕੀਲਾ ਸਭ ਤੋਂ ਜ਼ਿਆਦਾ ਪੈਸੇ ਲੈਣ ਦੇ ਬਾਵਜੂਦ ਵੀ ਰਿਕਾਰਡ ਕਾਇਮ ਕੀਤਾ ਹੋਇਆ ਹੈ ਕਿ 365 ਦਿਨਾਂ ਵਿੱਚ 430 ਪ੍ਰੋਗਰਾਮ ਕੀਤੇ ਸਨ ਇਸ ਦੇ ਨਾਲ ਦੱਸ ਦਈਏ ਕਿ ਚਮਕੀਲੇ ਨੂੰ ਪ੍ਰੋਗਰਾਮਾਂ ਦੇ ਉੱਪਰ ਇਨਾਮ ਚਮਕੀਲੇ ਦੇ ਸਾਜ਼ੀਆਂ ਤੋਂ ਇਹ ਜਾਣਕਾਰੀ ਮਿਲਦੀ ਹੈ ਕਿ 15000 ਤੋਂ 20000 ਰੁਪਇਆ ਚਮਕੀਲੇ ਨੂੰ ਪ੍ਰੋਗਰਾਮਾਂ ਵਿੱਚ ਉੱਪਰੋ ਉੱਪਰੋ ਹੋ ਜਾਂਦਾ ਸੀ ਉਸ ਦੇ ਨਾਲ ਸ਼ਾਇਦ ਇਹ ਵੀ ਕਾਰਨ ਸੀ ਕਿ ਹਰ ਸਾਜ਼ੀ ਹਰ ਸੰਗੀਤਕਾਰ ਕੰਮ ਕਰਕੇ ਜ਼ਿਆਦਾ ਖੁਸ਼ ਸੀ ਚਮਕੀਲੇ ਨਾਲ ਕਿਉਂਕਿ ਕੰਮ ਕਰਨ ਵਾਲੇ ਸਾਜ਼ੀ ਨੂੰ ਆਮ ਕਲਾਕਾਰਾਂ ਨਾਲੋਂ ਜ਼ਿਆਦਾ ਮਿਹਨਤਾਨਾ ਦਿੰਦਾ ਸੀ ਚਮਕੀਲਾ ਚਮਕੀਲੇ ਦਾ ਆਪਣਾ ਮਿਹਨਤਾਨਾ ਜ਼ਿਆਦਾ ਸੀ ਤਾਂ ਚਮਕੀਲੇ ਦੇ ਨਾਲ ਕੰਮ ਕਰਨ ਵਾਲੇ ਸਾਜ਼ੀਆਂ ਦਾ ਵੀ ਮਿਹਨਤਾਨਾ ਜ਼ਿਆਦਾ ਸੀ ਇਸ ਦੇ ਨਾਲ ਹੀ ਆਪਾਂ ਚੱਲਦੇ ਹਾਂ ਬਲਰਾਜ ਸਿੰਘ ਸਿੱਧੂ ਦੁਆਰਾ ਲਿਖੀ ਗਈ ਕਿਤਾਬ ਸ਼ਹੀਦ ਉੱਥੋਂ ਪੜ੍ਹ ਕੇ ਸੁਣਾਉਂਦਾ ਮਕਬੂਲ ਸਵਰਗੀ ਅਮਰ ਸਿੰਘ ਚਮਕੀਲੇ ਦੁਆਰਾ ਕਾਇਮ ਕੀਤੇ ਗਏ ਰਿਕਾਰਡ ਦੋਸਤੋ ਪੰਜਾਬੀ ਦੇ ਮਕਬੂਲ ਗਾਇਕ ਸਵਰਗੀਏ ਅਮਰ ਸਿੰਘ ਚਮਕੀਲਾ ਦੀ ਸੰਘਰਸ਼ਮਈ ਜ਼ਿੰਦਗੀ ਉੱਪਰ ਆਧਾਰਿਤ ਅਨੇਕਾਂ ਕੋੜੇ ਸੱਚ ਉਜਾਗਰ ਕਰਦੀ ਇੱਕ ਸਾਫ਼ ਸੁਥਰੀ ਕਿਤਾਬ ਅਮਰ ਸਿੰਘ ਚਮਕੀਲੇ ਦੇ ਫਰਸ਼ ਤੋਂ ਅਰਸ਼ ਤੱਕ ਦੇ ਸਫ਼ਰ ਨੂੰ ਬੜੀ ਰੌਚਕਤਾ ਸੁਹਿਰਦਤਾ ਸੱਚਾਈ ਅਤੇ ਬਰੀਕੀ ਨਾਲ ਇਸ ਨਾਵਲ ਵਿੱਚ ਚਿਤਾਰਿਆ ਗਿਆ ਹੈ ਗੱਲ ਕਰਦੇ ਹਾਂ ਅਮਰ ਸਿੰਘ ਚਮਕੀਲਾ ਜੀ ਦੇ ਰਿਕਾਰਡ ਜੋ ਕਾਇਮ ਕੀਤੇ ਗਏ ਨੇ ਉਹਨਾਂ ਵੱਲੋਂ ਅਮਰ ਸਿੰਘ ਚਮਕੀਲਾ ਦਾ ਇੱਕ ਦਿਨ ਵਿੱਚ 4 ਅਖਾੜੇ ਲਾਉਣ ਦਾ ਰਿਕਾਰਡ ਹੈ ਅਮਰ ਸਿੰਘ ਚਮਕੀਲੇ ਨੇ 365 ਦਿਨਾਂ ਵਿੱਚ 430 ਪ੍ਰੋਗਰਾਮ ਕੀਤੇ ਸਨ ਜੋ ਕਿਸੇ ਵੀ ਪੰਜਾਬੀ ਗਾਇਕ ਵੱਲੋਂ ਇੱਕ ਸਾਲ ਵਿੱਚ ਕੀਤੇ ਗਏ ਸਭ ਤੋਂ ਵੱਧ ਪ੍ਰੋਗਰਾਮ ਹਨ ਅਮਰ ਸਿੰਘ ਚਮਕੀਲਾ ਆਪਣੇ ਸਮਕਾਲੀਆਂ ਵਿੱਚੋਂ ਸਭ ਤੋਂ ਮਹਿੰਗਾ ਕਲਾਕਾਰ ਸੀ ਅਮਰ ਸਿੰਘ ਚਮਕੀਲਾ ਦੀਆਂ ਸਾਰੀਆਂ ਐਲਬਮਾਂ ਦੇ ਸਾਰੇ ਗੀਤ ਹਿੱਟ ਹੁੰਦੇ ਸਨ ਅਮਰ ਸਿੰਘ ਚਮਕੀਲਾ ਪੰਜਾਬੀ ਦਾ ਇੱਕੋ ਇੱਕ ਗਾਇਕ ਸੀ ਜਿਸਨੇ ਕਦੇ ਪੈਸੇ ਦਾ ਲਾਲਚ ਨਹੀਂ ਸੀ ਕੀਤਾ ਅਮਰ ਸਿੰਘ ਚਮਕੀਲਾ ਅਸ਼ਲੀਲ ਗਾਇਕੀ ਦਾ ਲੇਵਲ ਲਾ ਕੇ ਸਭ ਤੋਂ ਵੱਧ ਬਦਨਾਮ ਕੀਤਾ ਗਿਆ ਅਮਰ ਸਿੰਘ ਚਮਕੀਲਾ ਖੁਦ ਗੀਤਕਾਰ ਕੰਪੋਜ਼ਰ ਸਾਜਿੰਦਾ ਅਤੇ ਗਾਇਕ ਹੋਣ ਕਰਕੇ ਇੱਕ ਟੇਕ ਵਿੱਚ ਸਾਰਾ ਗੀਤ ਰਿਕਾਰਡ ਕਰਵਾ ਦਿੰਦਾ ਸੀ ਅਮਰ ਸਿੰਘ ਚਮਕੀਲਾ ਮਰਨ ਤੋਂ 32 ਸਾਲ ਬਾਅਦ ਵੀ ਪਹਿਲਾਂ ਵਾਂਗ ਵਿਕਦਾ ਅਤੇ ਸੁਣਿਆ ਜਾ ਰਿਹਾ ਹੈ ਅਮਰ ਸਿੰਘ ਚਮਕੀਲੇ ਦਾ ਗੀਤ ਪਹਿਲੇ ਲਲਕਾਰੇ ਨਾਲ ਪੰਜਾਬੀ ਦਾ ਸਭ ਤੋਂ ਵੱਧ ਮਕਬੂਲ ਗੀਤ ਮੰਨਿਆ ਜਾਂਦਾ ਹੈ ਦੋਸਤੋ ਇਹ ਸਨ ਚਮਕੀਲੇ ਦੇ ਕਾਇਮ ਕੀਤੇ ਗਏ ਰਿਕਾਰਡ ਜੋ ਕਿ ਮੈਂ ਬਲਰਾਜ ਸਿੰਘ ਸਿੱਧੂ ਦੁਆਰਾ ਲਿਖੀ ਗਈ ਕਿਤਾਬ ਵਿੱਚੋਂ ਪੜ੍ਹ ਕੇ ਸੁਣਾਏ ਹਨ ਇਸੇ ਤਰ੍ਹਾਂ ਅਗਲੀ ਵੀਡੀਓ ਜਲਦ ਹਾਜ਼ਰ ਕਰਾਂਗੇ ਹੁਣ ਲਈ ਦਿਓ ਇਜਾਜ਼ਤ ਸਾਡਾ ਪੰਜਾਬੀ ਵਿਰਸਾ ਚੈਨਲ